ਹੁਣੇ ਹੁਣੇ ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਹੜ੍ਹ ਦੇ ਵਿੱਚ ਇੱਕ ਗੱਡੀ ਰੁੜ ਗਈ ਹੈ, ਜਿਸ ਦੇ ਵਿੱਚ 11 ਲੋਕ ਸਵਾਰ ਸੀ ਅਤੇ 5 ਲੋਕਾਂ ਦੀ ਇਸ ਦੇ ਵਿੱਚ ਜਾਨ ਚਲੀ ਗਈ ਹੈ। ਤਾਂ ਇਨੋਵਾ ਗੱਡੀ ਦੇ ਵਿੱਚ 11 ਲੋਕ ਸਵਾਰ ਸੀ, ਜਿਨ੍ਹਾਂ ਦੇ ਵਿੱਚੋਂ 5 ਦੀ ਜਾਨ ਚਲੀ ਗਈ ਹੈ। ਦੱਸਿਆ ਜਾ ਰਿਹਾ ਕਿ ਇੱਕ ਪਰਿਵਾਰ ਜਦੋਂ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਚੋਅ ਪੈਂਦਾ ਸੀ ਅਤੇ ਚੋਅ ਦੇ ਵਿੱਚ ਪਾਣੀ ਬਹੁਤ ਘੱਟ ਸੀ, ਪਰ ਜਿਵੇਂ ਹੀ ਗੱਡੀ ਇੱਥੋਂ ਲੰਘਾਉਣ ਲੱਗੇ ਤਾਂ ਅਚਾਨਕ ਹੀ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਤੇਜ਼ ਹੋ ਜਾਂਦਾ ਹੈ ਅਤੇ ਇੱਕ ਇਨੋਵਾ ਕਾਰ ਇਸ ਦੇ ਵਿੱਚ ਰੁੜ ਜਾਂਦੀ ਹੈ, ਜਿਸ 'ਚ 11 ਲੋਕ ਸਵਾਰ ਹੁੰਦੇ ਨੇ, ਕੁਝ ਵਿਅਕਤੀ, ਔਰਤਾਂ ਅਤੇ ਬੱਚੇ ਸ਼ਾਮਿਲ ਨੇ। ਪਰ ਦੱਸਿਆ ਜਾ ਰਿਹਾ ਕਿ ਹੁਣ ਉਹਨਾਂ ਦੇ ਵਿੱਚੋਂ 5 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਇੱਕ ਵਿਅਕਤੀ ਨੂੰ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਰੈਸਕਿਊ ਕੀਤਾ ਗਿਆ, ਜਦਕਿ ਕਈ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਤਾਂ ਹੁਸ਼ਿਆਰਪੁਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਪਿੰਡ ਜੈਜੋ ਨੇੜੇ ਚੋਅ ਦੇ ਵਿੱਚ ਇੱਕ ਕਾਰ ਰੁੜ ਗਈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਸ਼ਖਸ ਨੂੰ ਰੈਸਕਿਊ ਕੀਤਾ ਗਿਆ। ਕਾਰ ਦੇ ਵਿੱਚ ਡਰਾਈਵਰ ਸਮੇਤ 11 ਲੋਕ ਸਵਾਰ ਸਨ ਅਤੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇਹ ਸਾਰੇ ਹੀ ਦੱਸੇ ਜਾ ਰਹੇ ਨੇ। ਮਾਲਪੁਰ ਤੋਂ ਹਿਮਾਚਲ ਦੇ ਵੱਲ ਇਹ ਕਾਰ ਜਾ ਰਹੀ ਸੀ ਤਾਂ ਅਚਾਨਕ ਹੀ ਜਦੋਂ ਚੋਅ ਦੇ ਵਿੱਚੋਂ ਨਿਕਲਣ ਲੱਗੀ ਤਾਂ ਪਾਣੀ ਉਸ ਸਮੇਂ ਘੱਟ ਸੀ, ਪਰ ਅਚਾਨਕ ਹੀ ਚੋਅ ਵੱਡਾ ਹੋਣ ਕਾਰਨ ਜਦੋਂ ਨਿਕਲ ਰਹੀ ਸੀ ਤਾਂ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਤੇਜ਼ ਹੋ ਜਾਂਦਾ, ਜਿਸ ਦੇ ਵਿੱਚ ਇਹ ਕਾਰ ਜੋ ਹੈ ਉਹ ਰੁੜ ਜਾਂਦੀ ਹੈ। ਦੱਸ ਦਈਏ ਕਿ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਜਿਸ ਦੇ ਕਾਰਨ ਪੰਜਾਬ ਦੇ ਨਦੀਆਂ ਨਾਲੇ ਸੂਏ ਉਫਾਨ ਦੇ ਉੱਤੇ ਨੇ ਅਤੇ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਵੀ ਇਹ ਚੋਅ ਨਿਕਲਦਾ ਪਿੰਡ ਦੇ ਵਿੱਚੋਂ ਅਤੇ ਪਹਿਲਾਂ ਇਸ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਘੱਟ ਸੀ, ਪਰ ਜਿਵੇਂ ਇਸ 'ਚੋਂ ਕਾਰ ਨਿਕਲਣ ਲੱਗੀ ਤਾਂ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਤੇਜ਼ ਹੋ ਗਿਆ। ਤਾਂ ਹੁਣ ਮੌਕੇ ਦੇ ਉੱਤੇ NDRF ਦੀ ਟੀਮਾਂ ਨੂੰ ਤੈਨਾਤ ਕਰ ਦਿੱਤਾ ਗਿਆ, ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਲਾਪਤਾ ਹੋਏ ਨੇ ਲੋਕ ਉਹਨਾਂ ਦਾ ਪਤਾ ਲਗਾਇਆ ਜਾ ਸਕੇ। ਤਾਂ ਵੱਡਾ ਹਾਦਸਾ ਵਾਪਰਿਆ ਹੁਸ਼ਿਆਰਪੁਰ ਦੇ ਵਿੱਚ, ਜਿੱਥੇ 11 ਲੋਕਾਂ ਦੇ ਨਾਲ ਭਰੀ ਹੋਈ ਕਾਰ ਲਾਪਤਾ ਹੋਈ ਹੈ। ਤਾਂ ਇਸੇ ਦੌਰਾਨ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਇੱਕ ਤਸਵੀਰ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਨੋਵਾ ਗੱਡੀ ਨੂੰ ਵੀ ਲੱਭ ਲਿਆ ਗਿਆ, ਹਾਲਾਂਕਿ ਕਾਰ ਦੀ ਹਾਲਤ ਜੋ ਹੈ ਕਾਫੀ ਜ਼ਿਆਦਾ ਬੁਰੇ ਤਰੀਕੇ ਦੀ ਹੋ ਚੁੱਕੀ ਹੈ। ਪਾਣੀ ਦੇ ਨਾਲ ਕਿਹਾ ਜਾ ਸਕਦਾ ਕਿ ਜੋ ਕਾਰ ਦੇ ਸ਼ੀਸ਼ੇ ਨੇ ਉਹ ਵੀ ਟੁੱਟ ਚੁੱਕੇ ਨੇ ਅਤੇ ਇਸੀ ਵਿਚਕਾਰ ਕਈ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਤਾਂ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਬਾਕੀ ਸਾਰੇ ਲਾਪਤਾ ਨੇ। ਹਿਮਾਚਲ ਦਾ ਇਹ ਰਹਿਣ ਵਾਲਾ ਪਰਿਵਾਰ ਦੱਸਿਆ ਜਾ ਰਿਹਾ ਹੈ, ਜਿਸ 'ਚ ਕਈ ਵਿਅਕਤੀ, ਬੱਚੇ ਅਤੇ ਔਰਤਾਂ ਸ਼ਾਮਿਲ ਸੀ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ।